ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਜੂਨ 1984 ਤੀਜਾ ਘੱਲੂਘਾਰਾ ਦੀ 35ਵੀਂ ਵਰ੍ਹੇਗੰਢ 'ਤੇ ਸਿੱਖਾਂ ਵੱਲੋਂ ਭਾਰਤ ਸਰਕਾਰ ਵਿਰੁੱਧ ਇੱਕ ਜ਼ਬਰਦਸਤ ਰੋਸ ਮਾਰਚ ਕੱਢਿਆ ਗਿਆ। ਇਸ ਰੋਸ ਮਾਰਚ ਵਿੱਚ ਜੂਨ 1984 ਦੇ ਸ਼ਹੀਦਾਂ ਦੀਆਂ ਵੱਡ ਅਕਾਰੇ ਤਸਵੀਰਾਂ ਵੀ ਲਾਈਆਂ ਗਈਆਂ। ਜੂਨ 1984 ਤੀਜਾ ਘੱਲੂਘਾਰਾ ਦੀ 35ਵੀਂ ਵਰ੍ਹੇਗੰਢ 'ਤੇ ਅੰਮ੍ਰਿਤਸਰ ਸਾਹਿਬ ਵਿੱਚ ਸਿੱਖਾਂ ਵੱਲੋਂ ਦਲ ਖਾਲਸਾ ਦੀ ਅਗਵਾਈ ਵਿੱਚ ਇੱਕ ਜ਼ਬਰਦਸਤ ਰੋਸ ਮਾਰਚ ਕੱਢਿਆ ਗਿਆ। ਇਸ ਮਾਰਚ ਵਿੱਚ ਜੂਨ 84 ਦੇ ਸ਼ਹੀਦ ਸਿੱਖਾਂ ਦੀਆਂ ਤਸਵੀਰਾਂ ਲਾਈਆਂ ਗਈਆਂ। ਦਲ ਖਾਲਸਾ ਦੇ ਆਗੂ ਸਰਦਾਰ ਕਮਰਪਾਲ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਦੇ ਇਸ ਖੂਨੀ ਵਰਤਾਰੇ ਨੂੰ ਸਿੱਖ ਕਦੇ ਵੀ ਭੁੱਲ ਨਹੀਂ ਸਕਣਗੇ। ਉਹਨਾਂ ਕਿਹਾ ਕਿ ਸਰਕਾਰ ਸਿੱਖਾਂ ਨੂੰ ਗੁਲਾਮ ਬਣਾਉਣਾ ਛੱਡ ਦੇਵੇ ਤਾਂ ਸਿੱਖ ਆਪਣੀ ਕਿਸਮਤ ਦੇ ਆਪ ਮਾਲਕ ਬਣ ਸਕਣ। ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸਮੂਹ ਸਿੱਖਾਂ ਦੀ ਸ਼ਹੀਦੀ ਨੂੰ ਸਮਰਪਿਤ ਅਰਦਾਸ ਵੀ ਕੀਤੀ ਗਈ। ਅੱਜ ਦਰਬਾਰ ਸਾਹਿਬ ਦੇ ਉੱਤੇ ਫੌਜੀ ਹਮਲੇ ਦੀ 35 ਵਰ੍ਹੇਗੰਢ ਹੈ। ਖਾਲਸਾ ਪੰਥ ਅਕਾਲ ਤਖਤ ਸਾਹਿਬ 'ਤੇ ਜੁੜਿਆ, ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ, ਉਹਨਾਂ ਨੂੰ ਨਤਮਸਤਕ ਹੋਇਆ ਅਤੇ ਜਿਹੜੇ ਹਮਲਾਵਰ ਸੀ ਭਾਰਤ ਸਰਕਾਰ ਅਤੇ ਉਸ ਵੇਲੇ ਦੇ ਜਿਹੜੇ ਪ੍ਰਧਾਨ ਮੰਤਰੀ ਸੀ ਉਸ ਨੂੰ ਅਤੇ ਹੁਣ ਦੀ ਜਿਹੜੇ ਸ਼ਾਸਕ ਨੇ ਜਿਹੜੇ ਦਿੱਲੀ ਦੀ ਸ਼ਾਸਕ ਹੈ ਉਹਨਾਂ ਨੂੰ ਇੱਕ ਪੈਗਾਮ ਦਿੱਤਾ ਖਾਲਸਾ ਪੰਥ ਨੇ ਇੱਥੇ ਜੁੜ ਕੇ ਕਿ ਅਸੀਂ ਹਮਲਾਵਰਾਂ ਨੂੰ ਭੁੱਲੇ ਨਹੀਂ ਹਾਂ, ਅਸੀਂ ਉਸ ਦੇਸ਼ ਨੂੰ ਮੁਆਫ ਨਹੀਂ ਕੀਤਾ ਜਿਸ ਦੇਸ਼ ਨੇ ਹਮਲਾ ਕੀਤਾ ਸੀ, ਜਿਸ ਦੇਸ਼ ਨੇ ਕਹਿਰ ਵਰਤਾਇਆ ਸੀ, ਜਿਸ ਦੇਸ਼ ਦੀ ਫੌਜ ਨੇ ਅਕਾਲ ਤਖਤ ਸਾਹਿਬ ਟੈਟਰੀ ਕੀਤਾ, ਸਿੱਖ ਰੈਫਰੈਂਸ ਲਾਇਬ੍ਰੇਰੀ ਲੁੱਟੀ। ਅਸੀਂ ਅੱਜ ਇੱਥੇ ਇਕੱਤਰ ਹੋ ਕੇ ਆਪਣੀ ਆਜ਼ਾਦੀ ਦਾ ਇੱਕ ਸੁਨੇਹਾ ਦਿੱਤਾ, ਆਪਣੀ ਆਜ਼ਾਦੀ ਦੀ ਜਿਹੜੀ ਗੱਲ ਹੈ ਉਹ ਮੁੜ ਦੁਹਰਾਈ ਹੈ ਔਰ ਦਿੱਲੀ ਨੂੰ ਇੱਕ ਸੁਨੇਹਾ ਦਿੱਤਾ ਕਿ ਅਸੀਂ ਆਜ਼ਾਦੀ ਤੋਂ ਉਰੇ ਕੋਈ ਗੱਲ ਨਹੀਂ ਪ੍ਰਵਾਨ ਕਰਾਂਗੇ, ਸਿੱਖ ਪੰਥ ਨੂੰ ਆਜ਼ਾਦੀ ਚਾਹੀਦੀ ਹੈ। ਅੰਮ੍ਰਿਤਸਰ ਸਾਹਿਬ ਤੋਂ ਸੋਨੂੰ ਨਰੂਲਾ ਦੀ ਰਿਪੋਰਟ।